ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਬਾਰਡਰ ਤੇ ਲੱਗੇ ਧਰਨਿਆਂ ਦੇ ਵਿੱਚ ਜਿਉਂ-ਜਿਉਂ ਇਕੱਠ ਵਧਦਾ ਜਾਂਦਾ ਹੈ ਤਿਉਂ-ਤਿਉਂ ਕੇਂਦਰ ਸਰਕਾਰ ਤੇ ਦਬਾਅ ਵੀ ਲਗਾਤਾਰ ਵਧ ਰਿਹਾ ਹੈ, ਪਰ ਕਿਸਾਨਾਂ ਅਤੇ ਕੇਂਦਰ ਵਿਚਾਲੇ ਗੱਲਬਾਤ ਦੇ ਵਿੱਚ ਡੈਡਲੌਕ ਦੀ ਸਥਿਤੀ ਬਣਦੀ ਦਿਖਾਈ ਦਿੰਦੀ ਹੈ, ਭਾਵ ਗੱਲਬਾਤ ਦੇ ਵਿੱਚ ਖੜੋਤ ਆਉਂਦੀ ਦਿਖਾਈ ਦਿੰਦੀ ਹੈ। ਭਾਵੇਂ ਕਿ ਕੇਂਦਰ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਨੇ, ਜਦੋਂ ਕਿਸਾਨ ਚਾਹੁਣਗੇ ਉਦੋਂ ਹੀ ਕੇਂਦਰ ਸਰਕਾਰ ਉਹਨਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ। ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਸਾਨੂੰ ਅਧਿਕਾਰਿਤ ਤੌਰ 'ਤੇ ਸੱਦਾ ਮੀਟਿੰਗ ਦੇ ਲਈ ਨਹੀਂ ਆਉਂਦਾ, ਉਨੀ ਦੇਰ ਤੱਕ ਅਸੀਂ ਸੱਦਾ ਸਵੀਕਾਰ ਕਿਵੇਂ ਕਰ ਸਕਦੇ ਹਾਂ? ਜਦੋਂ ਸਾਡੇ ਕੋਲ ਕੇਂਦਰ ਸਰਕਾਰ ਵੱਲੋਂ ਅਗਲਾ ਸੱਦਾ ਆਏਗਾ ਉਸ ਤੋਂ ਬਾਅਦ ਅਸੀਂ ਆਪਸ ਵਿੱਚ ਮੀਟਿੰਗ ਕਰਕੇ ਉਸ ਸੱਦੇ 'ਤੇ ਵਿਚਾਰ ਕਰ ਸਕਦੇ ਹਾਂ। ਪਰ ਜਿਹੜੀ ਗੱਲਬਾਤ ਦੇ ਵਿੱਚ ਖੜੋਤ ਆ ਗਈ ਹੈ, ਜਿਹੜਾ ਅੰਦੋਲਨ ਖਤਮ ਨਹੀਂ ਹੋ ਰਿਹਾ, ਗੱਲਬਾਤ ਕਿਸੇ ਸਿਰੇ ਨਹੀਂ ਚੜ ਰਹੀ ਹੈ, ਉਸ ਨੂੰ ਲੈ ਕੇ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਦਾ ਦੌਰ ਹੁਣ ਸ਼ੁਰੂ ਹੋ ਚੁੱਕਾ ਹੈ। ਇੱਕ ਧਿਰ ਕਹਿੰਦੀ ਹੈ ਕਿ ਕਿਸਾਨਾਂ ਦੇ ਵੱਲੋਂ ਇਹ ਅੰਦੋਲਨ ਖਤਮ ਨਹੀਂ ਕੀਤਾ ਜਾ ਰਿਹਾ, ਦੂਜੀ ਧਿਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੈ, ਇਸੇ ਕਰਕੇ ਹੀ ਅੰਦੋਲਨ ਖਤਮ ਨਹੀਂ ਹੋ ਰਿਹਾ। ਗੱਲਬਾਤ ਵਿੱਚ ਖੜੋਤ ਵੀ ਇੱਕ ਦੂਜੇ ਦੇ ਕਾਰਨ ਆਈ ਹੀ ਦੱਸੀ ਜਾਂਦੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇਸ ਅੰਦੋਲਨ ਬਾਰੇ ਇੱਕ ਨਵਾਂ ਬਿਆਨ ਸਾਹਮਣੇ ਆ ਗਿਆ ਹੈ। ਉਹਨਾਂ ਨੇ ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜੇ ਪ੍ਰਸਤਾਵ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਭੇਜੇ ਗਏ ਨੇ ਉਹਨਾਂ ਦੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਉਹਨਾਂ ਪ੍ਰਸਤਾਵਾਂ 'ਤੇ ਪੁਨਰ ਵਿਚਾਰ ਕਿਸਾਨਾਂ ਨੂੰ ਕਰਨਾ ਚਾਹੀਦਾ ਹੈ ਅਤੇ ਆਪਣਾ ਅੰਦੋਲਨ ਵੀ ਖਤਮ ਕਰ ਦੇਣਾ ਚਾਹੀਦਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਦਾ ਬਿਆਨ ਤੁਹਾਨੂੰ ਸੁਣਾ ਦਿੰਦੇ ਹਾਂ। ਐਸਾ ਕਿ ਕੇਂਦਰ ਨੇ ਕਿਸਾਨ ਯੂਨੀਅਨ ਨੂੰ ਜਿਹੜਾ ਪ੍ਰਸਤਾਵ ਭੇਜਿਆ ਉਹਦੇ ਅੰਦਰ ਕਿਸਾਨਾਂ ਨੇ ਜਿਨ੍ਹਾਂ ਜਿਨ੍ਹਾਂ ਮੁੱਦਿਆਂ ਦੇ ਉੱਤੇ ਸ਼ੰਕਾ ਜ਼ਾਹਿਰ ਕੀਤੀ ਸੀ ਉਹਦਾ ਨਿਵਾਰਨ ਕੀਤਾ। ਕਿਸਾਨਾਂ ਨੂੰ ਕੇਂਦਰ ਦੇ ਭੇਜੇ ਹੋਏ ਪ੍ਰਸਤਾਵ ਦੇ ਉੱਤੇ ਪੁਨਰ ਵਿਚਾਰ ਕਰਨਾ ਚਾਹੀਦਾ, ਜਦ ਕੇਂਦਰ ਉਹਨਾਂ ਦੀਆਂ ਸ਼ਰਤ MSP ਦੇ ਲਿਖਤ ਦੇਣ ਨੂੰ ਤਿਆਰ ਹੈ। ਆਪਣਾ SDM ਦੀ ਜਗ੍ਹਾ ਅਦਾਲਤ 'ਚ ਜਾਣ ਦਾ ਅਧਿਕਾਰ ਹੈ। ਜੋ ਸ਼ੰਕਾਵਾਂ ਪੈਦਾ ਕੀਤੀਆਂ ਉਹ ਹੈਗੀਆਂ ਸੀ ਕਿਸਾਨਾਂ ਨੂੰ, ਸਾਰਿਆਂ ਨੂੰ ਕੇਂਦਰ ਨੇ ਐਡਰੈਸ ਕੀਤਾ। ਉਸ ਤੋਂ ਬਾਅਦ ਕਿਸਾਨ ਯੂਨੀਅਨ ਨੂੰ ਆਪਣੇ ਅੰਦੋਲਨ ਨੂੰ ਵਾਪਸ ਲੈਣ ਦੀ ਗੱਲ ਕਰਨੀ ਚਾਹੀਦੀ ਹੈ, ਔਰ ਇਹੀ ਦੇਸ਼ ਦੇ ਵੀ ਹਿੱਤ 'ਚ ਹੈ, ਇਹ ਕਿਸਾਨ ਦੇ ਹਿੱਤ 'ਚ ਹੈ। ਅਸ਼ਵਨੀ ਸ਼ਰਮਾ ਤੋਂ ਇਲਾਵਾ ਕੇਂਦਰ ਸਰਕਾਰ ਦੇ ਵਿੱਚ ਸਾਬਕਾ ਮੰਤਰੀ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਵਿਜੇ ਸਾਂਪਲਾ ਦਾ ਵੀ ਬਿਆਨ ਕਿਸਾਨੀ ਅੰਦੋਲਨ ਨੂੰ ਲੈ ਕੇ ਆ ਗਿਆ ਹੈ। ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਨੇ ਧਰਨੇ 'ਤੇ ਬੈਠੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ, ਪਰ ਕਿਸਾਨ ਜਥੇਬੰਦੀਆਂ ਦੇ ਵਿੱਚ ਹੀ ਕੁਝ ਲੋਕ ਅਜਿਹੇ ਬੈਠੇ ਨੇ ਜਿਹੜੇ ਜਾਣ ਬੁੱਝ ਕੇ ਇਸ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਵਿਜੇ ਸਾਂਪਲਾ ਦਾ ਦਾਅਵਾ ਹੈ ਕਿ ਇਸ ਦੇ ਨਾਲ ਭਾਵ ਧਰਨੇ ਦੇ ਨਾਲ ਅੰਦੋਲਨ ਦੇ ਨਾਲ ਸਿਰਫ ਕਿਸਾਨੀ ਦਾ ਹੀ ਨੁਕਸਾਨ ਨਹੀਂ ਹੋ ਰਿਹਾ, ਬਾਕੀ ਵਰਗਾਂ ਨੂੰ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਭਾਰਤ ਸਰਕਾਰ ਨੇ ਵਿਸ਼ੇਸ਼ ਰੂਪ 'ਚ ਅਮਿਤ ਸ਼ਾਹ ਜੀ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਵੀ ਆਪਣੀ ਦਖਲਅੰਦਾਜ਼ੀ ਇੰਟਰਵੀਨ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਔਰ ਕਿਸਾਨਾਂ ਦੀਆਂ ਜਿੰਨੀਆਂ ਵੀ ਮੰਗਾਂ ਸੀਗੀਆਂ ਉਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਨੂੰ ਹੀ ਮੰਨ ਲਿਆ ਗਿਆ। ਪਰ ਪਹਿਲਾਂ ਜਿਹੜੀਆਂ ਕਿਸਾਨ ਕਹਿੰਦੇ ਸੀ ਕਿ ਸਾਨੂੰ MSP ਦੀ ਗਰੰਟੀ ਦਿੱਤੀ ਜਾਵੇ, ਉਹ ਵੀ ਦਿੱਤੀ, ਔਰ ਜਿਹੜੀਆਂ ਵੀ ਉਹਨਾਂ ਨੂੰ ਗਰੰਟੀਆਂ ਚਾਹੀਦੀਆਂ ਸੀ ਉਹ ਸਾਰੀਆਂ ਗਰੰਟੀਆਂ ਦੀ ਉਹਨਾਂ ਨੂੰ ਜਿਹੜੀ ਹੈ ਆਸ਼ਵਾਸਨ ਵੀ ਦੇ ਦਿੱਤਾ, ਔਰ ਲਿਖਤੀ ਰੂਪ 'ਚ ਵੀ ਉਹਨਾਂ ਨੂੰ ਦੇ ਦਿੱਤਾ ਕਿ ਅਸੀਂ ਇਹਦੇ ਰੂਪ ਦੇ ਉੱਤੇ ਸਮਝੌਤਾ ਕਰਨ ਨੂੰ ਤਿਆਰ ਹਾਂ। ਪਰ ਉਹਨਾਂ ਦੇ ਵਿੱਚ ਬਹੁਤ ਸਾਰੀ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਮਤ ਵੀ ਨੇ, ਪਰ ਕਈ ਜਿਹੜੇ ਆ ਉਹ ਇਸ ਨੂੰ ਰਾਜਨੀਤਿਕ ਕਰਨਾ ਚਾਹੁੰਦੇ ਨੇ। ਉਹਨਾਂ ਦਾ ਵਿਰੋਧ ਇਹ ਬਿੱਲ ਨਹੀਂ ਹੈ, ਉਹਨਾਂ ਦਾ ਵਿਰੋਧ ਭਾਰਤੀ ਜਨਤਾ ਪਾਰਟੀ ਹੈ, ਮੋਦੀ ਜੀ ਹੈ, ਔਰ ਉਹ ਇਸ ਸਰਕਾਰ ਤੋਂ ਇਹਨੂੰ ਡਿਸਟਰਬ ਕਰਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਨੇ ਜਾਂ ਆਪਣਾ ਭਵਿੱਖ ਤਲਾਸ਼ ਰਹੇ ਨੇ ਕਿ ਸ਼ਾਇਦ ਇਹ ਡਿਸਟਰਬ ਹੋਏਗਾ ਅਤੇ ਉਹਨਾਂ ਨੂੰ ਮੌਕਾ ਮਿਲੇਗਾ। ਔਰ ਮੈਂ ਸਮਝਦਾ ਕਿ ਐਸੇ ਮੌਕੇ ਤਲਾਸ਼ਣ ਦੀ ਬਜਾਏ ਦੇਸ਼ ਦੇ ਵਿੱਚ ਅਮਨ ਸ਼ਾਂਤੀ ਪਹੁੰਚਾਉਣਾ ਜਿਹੜਾ ਆ ਉਹ ਕਰਾਉਣਾ ਸਾਡੇ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵੀ ਕਰਤੱਵ ਹੈ ਔਰ ਸਾਡੇ ਸਾਰੇ ਨਾਗਰਿਕਾਂ ਦਾ ਵੀ ਕਰਤੱਵ ਹੈ। ਸੋ ਅਸੀਂ ਜਿੱਥੇ ਆਪਣੀਆਂ ਮੰਗਾਂ ਜਿਹੜੀਆਂ ਤਕਲੀਫਾਂ ਨੂੰ ਉਹਨਾਂ ਦਾ ਹੱਲ ਕਰਨਾ ਵੀ ਜ਼ਰੂਰੀ ਸੀ ਔਰ ਉਹਦਾ ਸਰਕਾਰ ਨੇ ਉਹਨਾਂ ਨੂੰ ਸਮਾਧਾਨ ਦੇ ਦਿੱਤਾ। ਔਰ ਮੈਂ ਤੁਹਾਡੇ ਮਾਧਿਅਮ ਨਾਲ ਅਪੀਲ ਕਰਾਂਗਾ ਕਿ ਕਿਸਾਨ ਵੀਰਾਂ ਨੂੰ ਹੁਣ ਆਪਣਾ ਅੰਦੋਲਨ ਰਵੱਈਆ ਛੱਡ ਕੇ
ਕਿਉਂਕਿ ਤੁਹਾਡੇ ਇਸ ਅੰਦੋਲਨ ਨਾਲ ਕਿਸਾਨੀ ਨੂੰ ਜਿੱਥੇ ਨੁਕਸਾਨ ਹੋ ਰਿਹਾ ਉੱਥੇ ਇੰਡਸਟਰੀ ਨੂੰ, ਉਦਯੋਗ ਨੂੰ, ਵਪਾਰ ਨੂੰ ਔਰ ਬਾਕੀ ਸਾਰੇ ਅਦਾਰੇ ਜਿਹੜੇ ਆ ਡਿਸਟਰਬ ਬੈਠੇ ਨੇ। ਸੋ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਨਾਲ ਬਾਕੀਆਂ ਦਾ ਨੁਕਸਾਨ ਨਾ ਹੋਵੇ ਇਹਦਾ ਖਿਆਲ ਰੱਖਣਾ ਵੀ ਤੁਹਾਡਾ ਆਪਣਾ ਕਰਤੱਵ ਆ। ਸੋ ਅਸੀਂ ਰਲ ਕੇ ਦੇਸ਼ ਦੀ ਉੱਨਤੀ ਵੱਲ ਨੂੰ ਅੱਗੇ ਵਧੀਏ। ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਕਿਸਾਨੀ ਅੰਦੋਲਨ ਖਤਮ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ, ਪਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇਸ ਰਣਨੀਤੀ ਨੂੰ ਹੋਰ ਵੀ ਤਿੱਖਾ ਕਰਨ ਦੀਆਂ ਤਿਆਰੀਆਂ ਕਰਦੇ ਦਿਖਾਈ ਦਿੰਦੇ ਨੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਲੋਕਾਂ ਨੂੰ ਕੀ ਅਪੀਲ ਕਰ ਰਹੇ ਨੇ ਉਹ ਤੁਹਾਨੂੰ ਜ਼ਰੂਰ ਸੁਣ ਲੈਣਾ ਚਾਹੀਦਾ ਹੈ। ਲੱਖਾਂ ਕਿਸਾਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਥੱਲੇ ਦਿੱਲੀ ਦੇ ਬਾਰਡਰਾਂ ਉੱਪਰ ਬੈਠੇ ਹਾਂ। ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਮੰਨਣ ਤੋਂ ਅਜੇ ਟਾਲਾ ਵੱਟਿਆ ਹੋਇਆ ਹੈ। ਸਾਨੂੰ ਇਹ ਲੱਗਦਾ ਹੈ ਕਿ ਅਜੇ ਬਾਰਡਰ ਉੱਪਰ ਹੋਰ ਵੱਧ ਗਿਣਤੀ ਦੇ ਵਿੱਚ ਲੋਕਾਂ ਕਿਸਾਨਾਂ ਦੇ ਆਉਣ ਦੀ ਜ਼ਰੂਰਤ ਹੈ ਤਾਂ ਜੋ ਮੋਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਹੋਰ ਵੱਧ ਸਕੇ ਤੇ ਉਹ ਆਪਣੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ। ਇਸ ਲਈ ਅਸੀਂ 32 ਕਿਸਾਨ ਜਥੇਬੰਦੀਆਂ ਵੱਲੋਂ ਅਤੇ ਦੇਸ਼ ਦੀਆਂ 450 ਦੇ ਕਰੀਬ ਜਥੇਬੰਦੀਆਂ ਵੱਲੋਂ ਦਿੱਲੀ ਦੇ ਇਰਦ ਗਿਰਦ ਦੇ ਸੂਬਿਆਂ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 14 ਤਰੀਕ ਨੂੰ ਸਾਰੇ ਦੇਸ਼ ਵਿੱਚ ਜਿੱਥੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਅਤੇ ਰੋਸ ਮੁਜ਼ਾਹਰੇ ਕਰਨੇ ਹਨ ਉਹ ਕਰਨ ਤੋਂ ਬਾਅਦ 15 ਤਰੀਕ ਤੋਂ ਜ਼ਰੂਰ ਹੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰਨ। ਅਸੀਂ ਅਪੀਲ ਕਰਦੇ ਹਾਂ ਕਿ ਹਰ ਪਿੰਡ ਵਿੱਚੋਂ ਜ਼ਰੂਰ ਹੀ ਇੱਕ ਇੱਕ ਬੱਸ ਜਿਸ ਵਿੱਚ ਨੌਜਵਾਨ, ਵਿਦਿਆਰਥੀ, ਪੇਂਡੂ ਮਜ਼ਦੂਰ ਅਤੇ ਔਰਤਾਂ ਅਤੇ ਹਰ ਘਰ ਵਿੱਚੋਂ ਹਰ ਕਿਸਾਨ ਹੈ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਬਾਰਡਰਾਂ ਦੇ ਉੱਪਰ ਪਹੁੰਚੋ ਤਾਂ ਜੋ ਮੋਦੀ ਸਰਕਾਰ ਦੇ ਉੱਤੇ ਜਨਤਾ ਦਾ ਦਬਾਅ ਇੰਨਾ ਪਾਇਆ ਜਾਵੇ ਅਤੇ ਐਵੇਂ ਲੱਗੇ ਕਿ ਜਿਵੇਂ ਸਾਰੇ ਦਾ ਸਾਰਾ ਪੰਜਾਬ ਹੀ ਦਿੱਲੀ ਦੀਆਂ ਬਰੂਹਾਂ ਉੱਤੇ ਆ ਕੇ ਬੈਠ ਗਿਆ ਹੈ ਤਾਂ ਜੋ ਦਿੱਲੀ ਸਰਕਾਰ ਦੇ ਉਸ ਜਨਤਾ ਦੇ ਤੁਹਾਡੇ ਪ੍ਰੈਸ਼ਰ ਥੱਲੇ ਆਪਣੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਹੋ ਜਾਵੇ। ਵਿਜੇ ਸਾਂਪਲਾ ਦੇ ਵੱਲੋਂ ਖਾਸ ਤੌਰ ਤੇ ਉਦਯੋਗ ਜਗਤ ਦੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਉਦਯੋਗ ਜਗਤ ਨੂੰ ਵੀ ਕਿਸਾਨੀ ਅੰਦੋਲਨ ਦੇ ਕਰਕੇ ਘਾਟਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਦੇ ਤੱਕ ਕੱਚਾ ਮਾਲ ਨਹੀਂ ਪਹੁੰਚ ਰਿਹਾ ਅਤੇ ਜੋ ਬਣਾਉਂਦੇ ਨੇ ਉਸ ਨੂੰ ਐਕਸਪੋਰਟ ਕਰਨ ਦੇ ਵਿੱਚ ਵੀ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਿੱਧੇ ਤੌਰ 'ਤੇ ਸੱਟ ਵੱਜ ਰਹੀ ਹੈ ਉਦਯੋਗ ਜਗਤ 'ਤੇ, ਪਰ ਉਦਯੋਗਪਤੀ ਕੀ ਕਹਿੰਦੇ ਨੇ, ਉਦਯੋਗ ਜਗਤ ਵਾਲੇ, ਇੰਡਸਟਰੀ ਵਾਲੇ ਕੀ ਕਹਿੰਦੇ ਨੇ ਉਹਨਾਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਲੁਧਿਆਣਾ ਸਾਈਕਲ ਟੂਲ ਇੰਡਸਟਰੀ ਦੇ ਪ੍ਰਧਾਨ ਅਵਤਾਰ ਸਿੰਘ ਦਾ ਬਿਆਨ ਆਇਆ ਹੈ, ਉਹ ਇਸ ਡੈਡਲੌਕ ਦੇ ਲਈ, ਕਿਸਾਨੀ ਅੰਦੋਲਨ ਦੇ ਲਈ ਜਿਹੜੀਆਂ ਇਸ ਵੇਲੇ ਹਾਲਾਤ ਪੈਦਾ ਹੋਏ ਨੇ ਉਹ ਕਿਸ ਨੂੰ ਜ਼ਿੰਮੇਵਾਰ ਮੰਨ ਰਹੇ ਨੇ, ਉਹਨਾਂ ਦੇ ਬਿਆਨ ਤੋਂ ਤੁਹਾਨੂੰ ਪਤਾ ਲੱਗ ਜਾਏਗਾ। ਇਸ ਵੇਲੇ ਇੰਡਸਟਰੀ ਹੋਈ ਜਾਂ ਕਿਸਾਨ ਹੋਏ ਦੋਨੇ ਹੀ ਮੁਸੀਬਤ ਦੇ ਵਿੱਚ ਨੇ। ਉਹ ਜਿਹੜੇ ਬਿੱਲ ਬਣੇ ਨੇ ਕਾਲੇ ਬਿੱਲ 3 ਉਹਦੇ ਕਰਕੇ ਜਿਹੜੇ ਇਹ ਕਿਸਾਨ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਆਪਣਾ ਫਿਊਚਰ ਜਿਹੜਾ ਹੈਗਾ ਉਹ ਬਿਲਕੁਲ ਧੁੰਦਲਾ ਲੱਗਦਾ ਵੀ ਇਹਦੇ ਹਿਸਾਬ ਨਾਲ ਸਾਡਾ ਫਿਊਚਰ ਖਤਮ ਹੋ ਜਾਏਗਾ ਜਾਂ ਸਾਡੇ ਬੱਚੇ ਜਿਹੜੇ ਅੱਗੇ ਕੰਮ ਕਰਨ ਵਾਲੇ ਹੋਣਗੇ ਉਹ ਸਾਰੇ ਬੇਕਾਰ ਹੋ ਜਾਣਗੇ। ਇਸ ਕਰਕੇ ਉਹ ਧਰਨੇ 'ਤੇ ਬੈਠੇ ਆ। ਸਰਕਾਰ ਇਸ ਚੀਜ਼ ਨੂੰ ਕਰਨਾ ਨਹੀਂ ਚਾਹੁੰਦੀ ਹਾਲੇ ਜਾਂ ਕਰਨਾ ਹੈ ਤਾਂ ਉਹਦੇ ਵਿੱਚ ਅੜਿੰਗਾ ਬਣਾ ਕੇ ਬੈਠੇ ਆ। ਸਾਨੂੰ ਇਹ ਨਹੀਂ ਸਮਝ ਆ ਰਿਹਾ ਸਰਕਾਰ ਦੇ ਇਹ ਗੱਲ ਦਿਮਾਗ 'ਚ ਕਿਉਂ ਨਹੀਂ ਪੈਂਦੀ ਪਈ ਵੀ ਇੱਕ ਕਿਸਾਨਾਂ ਦੇ ਕੰਮ ਖਾਤਰ ਸਾਰਾ ਹਿੰਦੁਸਤਾਨ ਇਸ ਵੇਲੇ ਡਿਸਟਰਬ ਹੈ। ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਇੰਡਸਟਰੀ ਦਾ ਕੰਮ ਕਰਨ ਵਾਲਾ ਆ, ਚਾਹੇ ਉਹ ਕੋਈ ਬੰਦਾ ਜਿਹੜਾ ਟ੍ਰੇਡਿੰਗ ਕਰਦਾ ਆ, ਚਾਹੇ ਉਹ ਹੌਜ਼ਰੀ ਦਾ ਹੀ ਕੰਮ ਕਰਦਾ, ਚਾਹੇ ਉਹ ਮਸ਼ੀਨ ਟੂਲ ਦਾ, ਹਰ ਇੰਡਸਟਰੀ, ਹਰ ਟ੍ਰੇਡਰ, ਇੱਕ ਈਵਨ ਸਿੰਪਲ ਬੰਦਾ ਜਿਹੜਾ ਵਰਕਰ ਹੈ ਉਹ ਵੀ ਪਰੇਸ਼ਾਨ ਹੈ। ਇਸ ਤਰ੍ਹਾਂ ਉਦਯੋਗਾਂ ਵਾਲੇ ਵੀ ਇਸ ਵੇਲੇ ਕੇਂਦਰ ਸਰਕਾਰ ਨੂੰ ਹੀ ਇਸ ਸਾਰੀ ਸਥਿਤੀ ਦੇ ਲਈ ਜ਼ਿੰਮੇਵਾਰ ਦੱਸਦੇ ਦਿਖਾਈ ਦਿੰਦੇ ਨੇ। ਬੀਜੇਪੀ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਬੀਜੇਪੀ ਅਤੇ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ ਜਾ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ, ਉਹਨਾਂ ਨੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੀ ਅਪੀਲ ਕਰ ਦਿੱਤੀ ਹੈ। ਕਹਿੰਦੇ ਨੇ ਕਿ ਜੇਕਰ ਤੁਹਾਡੇ ਮਾਤਾ ਜੀ ਇੰਨੀ ਠੰਡ ਦੇ ਵਿੱਚ ਧਰਨੇ 'ਤੇ ਬੈਠੇ ਹੋਣ ਤਾਂ ਵੀ ਤੁਸੀਂ ਇਹੀ ਰਵੱਈਆ ਅਖਤਿਆਰ ਕਰੋਗੇ। ਸੁਖਬੀਰ ਬਾਦਲ ਦਾ ਬਿਆਨ ਤੁਹਾਨੂੰ ਸੁਣਾ ਦਿੰਦੇ ਹਾਂ। ਮੈਂ ਇਹੀ ਕਹਿਣਾ ਚਾਹੁੰਦਾ ਪ੍ਰਧਾਨ ਮੰਤਰੀ ਨੂੰ, ਮੈਂ ਬੇਨਤੀ ਕਰਨਾ ਚਾਹੁੰਦਾ, ਸਾਡੇ ਤੁਹਾਡੇ ਪਰਿਵਾਰ ਬੈਠੇ ਹੈ, ਜੇ ਪ੍ਰਧਾਨ ਮੰਤਰੀ ਤੁਹਾਡੀ ਮਾਤਾ ਜੀ ਬਾਹਰ ਬੈਠੇ ਹੁੰਦੇ
ਜਾਂ ਤੁਹਾਡੇ ਕੋਈ ਰਿਸ਼ਤੇਦਾਰ ਪੈਂਦੇ, ਤੁਹਾਨੂੰ ਕੀ ਲੱਗਦਾ? ਆਹ ਸਾਰੇ ਤੁਹਾਡੇ ਪਰਿਵਾਰ ਹੈ, ਆਹ ਜਿੰਦੇ ਕਿਸਾਨ ਬੈਠੇ ਆ, ਤੁਹਾਡੇ ਪਰਿਵਾਰ ਬੈਠੇ ਆ, ਠੰਡ 'ਚ ਬੈਠੇ ਆ। ਤੁਸੀਂ ਦੇਖੋ, ਤੁਸੀਂ ਸਮਝੋ ਉਹਨਾਂ ਦੀ ਭਾਵਨਾ। ਆਹ ਦੇਸ਼ ਦੇ ਅੰਨਦਾਤਾ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੇ ਆ। ਜੇ ਪ੍ਰਧਾਨ ਮੰਤਰੀ ਨੂੰ ਬਣਾਉਣ ਵਾਲੇ ਖੁਸ਼ ਨਹੀਂ, ਫਿਰ ਪ੍ਰਧਾਨ ਮੰਤਰੀ ਇਹ ਤੋਂ ਵੱਧ ਕਿਵੇਂ ਚੁੱਪ ਰਹਿ ਸਕਦੇ? ਦਰਅਸਲ ਇਸ ਵੇਲੇ ਗੱਲਬਾਤ ਭਾਵੇਂ ਟੁੱਟਦੀ ਦਿਖਾਈ ਦਿੰਦੀ ਹੈ। ਕੇਂਦਰ ਕਹਿ ਰਿਹਾ ਹੈ ਤਿਆਰ ਆ ਅਸੀਂ ਗੱਲਬਾਤ ਕਰਨ ਲਈ, ਕਿਸਾਨ ਕਹਿੰਦੇ ਨੇ ਸੱਦਾ ਆਏਗਾ ਤਾਂ ਹੀ ਗੱਲਬਾਤ ਹੋ ਸਕਦੀ ਹੈ। ਪਰ ਇਸ ਸਭ ਦੇ ਵਿੱਚ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਮੰਗਾਂ ਮੰਨ ਲਈਆਂ ਨੇ। ਕਿਸਾਨ ਕਹਿੰਦੇ ਨੇ ਕਿ ਮੰਗਾਂ ਕਦੋਂ ਮੰਨੀਆਂ ਨੇ? ਸਾਡੀ ਤਾਂ ਪਹਿਲੀ ਮੰਗ ਇਹ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਭਾਜਪਾ ਦੇ ਬਹੁਤ ਸਾਰੇ ਲੀਡਰਾਂ ਦੇ ਬਿਆਨ ਵੀ ਹੁਣ ਨਿਕਲ ਕੇ ਸਾਹਮਣੇ ਆਉਂਦੇ ਦਿਖਾਈ ਦਿੰਦੇ ਨੇ, ਜਿਸ ਵਿੱਚ ਉਹ ਕਹਿ ਰਹੇ ਨੇ ਕਿ ਜਿੰਨੀਆਂ ਕਮੀਆਂ ਇਹਨਾਂ ਨੇ ਗਣਾਈਆਂ ਸਨ ਸਾਰੀਆਂ ਤਾਂ ਦੂਰ ਕਰ ਦਿੱਤੀਆਂ ਨੇ, ਹੁਣ ਕੁਝ ਕੁ ਤੋਂ ਇਹਨਾਂ ਨੂੰ ਪਿੱਛੇ ਹਟਣਾ ਚਾਹੀਦਾ ਹੈ। ਜੇਕਰ ਕੇਂਦਰ ਸਰਕਾਰ ਕੁਝ ਨਹੀਂ ਕਰਾਂਗੇ, ਕੋਈ ਵੀ ਅਮੈਂਡਮੈਂਟ ਨਹੀਂ ਕਰਾਂਗੇ, ਉਸ ਤੋਂ ਇੰਨੀਆਂ ਸੋਧਾਂ ਤੱਕ ਆ ਗਈ ਹੈ ਤਾਂ ਕਿਸਾਨਾਂ ਨੂੰ ਵੀ ਕੁਝ ਪਿੱਛੇ ਹਟਣਾ ਚਾਹੀਦਾ ਹੈ। ਭਾਜਪਾ ਦੇ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਤੁਹਾਡੇ ਤੋਂ ਇੱਕ ਸਵਾਲ ਪੁੱਛ ਲੈਣਾ ਚਾਹੁੰਦੇ ਹਾਂ, ਜਿਹੜੇ ਵੀ ਤੁਸੀਂ ਇਸ ਵੇਲੇ ਖਬਰ ਦੇਖ ਰਹੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਸ ਵੇਲੇ ਖੜੋਤ ਦੀ ਸਥਿਤੀ ਪੈਦਾ ਹੋ ਗਈ ਹੈ, ਕਿਸਾਨੀ ਅੰਦੋਲਨ ਖਤਮ ਨਹੀਂ ਹੋ ਰਿਹਾ, ਤੁਸੀਂ ਇਸ ਦੇ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਕੇਂਦਰ ਸਰਕਾਰ ਜਿਹੜੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਹੈ, ਜਾਂ ਫਿਰ ਕਿਸਾਨ ਜਥੇਬੰਦੀਆਂ ਜਿਹੜੇ ਅੰਦੋਲਨਕਾਰੀ ਨੇ ਉਹ ਜ਼ਿੰਮੇਵਾਰ ਨੇ ਕਿ ਉਹ ਜ਼ਿਆਦਾ ਹੀ ਸਖਤ ਮੰਗਾਂ 'ਤੇ ਅੜ ਗਏ ਨੇ? ਜੋ ਵੀ ਤੁਹਾਡੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਤੁਸੀਂ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ, ਅਤੇ ਜੇਕਰ ਫੇਸਬੁੱਕ 'ਤੇ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਫੇਸਬੁੱਕ 'ਤੇ ਦਾ ਪੰਜਾਬ ਟੀਵੀ ਦਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ।